दोस्तों अज के टाइम विच जिहड़ा आधार कार्ड है एक बहुत ही इंपोर्टेंट डाकूमेंट है ते लगभग इंडिया दे हर सिटीजन नू आधार कार्ड दी जरूरत पैंदी है। ते अज दी वीडियो विच आपां इह गल करांगे आपां ऑनलाइन घरे बैठे अपने मोबाइल ते किवें आधार कार्ड बनवा सकदे आ। दोस्तों एक रिक्वेस्ट है जे वीडियो बेनीफिशियल लगदी है तां प्लीज चैनल नू सबसक्राइब कर लो ते वीडियो नू लाइक कर लो। दोस्तों करना की है जो जो प्रोसैस मैं अपने कंप्यूटर पर कर रहा हूँ सेम प्रोसैस तुम्हें अपने मोबाइल पर करना है। अपने क्रोम ब्राउजर भी जाना मोबाइल के उपर थ्री डॉट तो दिखेंगे उतो जाके डैस्कटॉप वर्जन से टिक मार लगा के उसको ऑन कर लेना है। उस तो बाद आप गूगल में जाके सर्च करना है UIDAI.gov.in। दोस्तों सर्च करने तो बाद आधार कार्ड की जो ऑफिशियल वैबसाइट है इस तरह की अपने सामने ओपन हो जाएगी। तो इस तो बाद आप गैट आधार से ऑप्शन से आप चेक करेंगे बुक है ना अपॉइंटमेंट का ऑप्शन तो आपको मिल जाएगा। इस पर आप क्लिक कर लेंगे तो क्लिक करने तो बाद नैक्सट जो पेज होगा तो आप कुछ नहीं करना जस्ट नीचे वाला जो प्रोसीड टू बुक अपॉइंटमेंट है इस पर आप क्लिक करेंगे। इस तो बाद दोस्तों होंगे कि जस्ट आप इतने अपना मोबाइल नंबर भरना है तो जिस तो उपर एक OTP आएगा। सब तो पहले आप इतने मोबाइल नंबर फिल कर लेंगे। इस तो बाद जो सेम कैप्चा M562P लिखा है इतने आप फिल करके सेंड OTP आप क्लिक कर देंगे। इस तो बाद अपने मोबाइल से एक 6 अक्षर का मैसेज आएगा कोड होगा वह तो वह OTP आप इतने फिल करके इतने सबमिट तो आप प्रोसीड कर देंगे। तो दोस्तों OTP फिल करने तो बाद इस तरह का पेज अपने सामने ओपन हो जाएगा। जे तुसीं कोई अपडेट करना चाहते हो कोई चेंजिंग करना चाहते हो तो अपडेट आधार से आप क्लिक करेंगे। बट जे तुसीं नवा आधार कार्ड बनवाना चाहते हो तो न्यू एनरोलमेंट से आप क्लिक कर लेंगे। दोस्तों न्यू एनरोलमेंट से क्लिक करने तो बाद आप इतने थोड़ी जी डिटेल अपनी भरनी होंगी। सब तो पहले आप नाम इतने भर लेंगे अपनी डेट ऑफ बर्थ पर इतने आप फिल कर लेंगे। इस तो बाद जेंडर की अपना सिलेक्ट कर लेंगे तो रेजिडेंसी आप इंडियन तो यह ਉਹ ਨੋਰਮਲੀ ਟਿਕ ਮਾਰ ਹੁੰਦੀ ਹੈ ਇਸ 'ਤੇ ਆਪਾਂ ਇਸ ਨੂੰ ਰਹਿਣ ਦੇਵਾਂਗੇ। ਇਸ ਤੋਂ ਬਾਅਦ ਜਸਟ ਕਰਨਾ ਕਿ ਸੇਵ ਐਂਡ ਪ੍ਰੋਸੀਡ 'ਤੇ ਆਪਾਂ ਕਲਿੱਕ ਕਰ ਦੇਵਾਂਗੇ। ਐਂਡ ਉਸ ਤੋਂ ਬਾਅਦ ਦੋਸਤੋ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ। ਇੱਥੇ ਆਪਾਂ ਆਪਣਾ ਨੇਮ ਭਰਨਾ ਅਤੇ ਆਪਣੇ ਐਡਰੈਸ ਅਤੇ ਪਿੰਨ ਕੋਡ ਜਿਹੜਾ ਵੀ ਆਪਣਾ ਏਰੀਆ ਦਾ ਪਿੰਨ ਕੋਡ ਆਪਾਂ ਇੱਥੇ ਫਿਲ ਕਰ ਦਾਂਗੇ। ਅਤੇ ਇਸ ਤੋਂ ਬਾਅਦ ਜਿਨ੍ਹਾਂ ਜਿਨ੍ਹਾਂ 'ਤੇ ਰੈੱਡ ਸਟਾਰ ਤੁਸੀਂ ਚੈੱਕ ਕਰ ਸਕਦੇ ਹੋ ਰੈੱਡ ਸਟਾਰ ਲੱਗਿਆ ਉਹ ਭਰਨੇ ਲਾਜ਼ਮੀ ਨੇ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਹੋਰ ਕੁਛ ਭਰੋ ਨਾ ਉਹ ਵੀ ਚੱਲ ਜਾਂਦਾ ਹੈ। ਤਾਂ ਆਪਾਂ ਆਪਣਾ ਜਿਹੜਾ ਐਡਰੈਸ ਹੈ ਪਿੰਡ ਜਾਂ ਸ਼ਹਿਰ ਦਾ ਨਾਮ ਇੱਥੇ ਆਪਾਂ ਸਰਚ ਕਰ ਲਏ ਪੂਰੀ ਲਿਸਟ ਆਪਣੇ ਏਰੀਆ ਦੀ ਖੁੱਲ ਜਾਂਦੀ ਹੈ। ਜਦੋਂ ਆਪਾਂ ਪਿੰਨ ਕੋਡ ਭਰ ਦਿੰਦੇ ਹਾਂ ਉਸ ਤੋਂ ਬਾਅਦ ਪੋਸਟ ਆਫਿਸ ਆਪਣੇ ਆਪ ਆਟੋਮੈਟਿਕਲੀ ਇਹ ਭਰਿਆ ਜਾਂਦਾ ਹੈ। ਅਤੇ ਈਮੇਲ ਐਡਰੈਸ ਜੇ ਤੁਹਾਡੇ ਕੋਲ ਹੈ ਤਾਂ ਫਿਲ ਕਰ ਦਿਓ, ਅਗਰ ਨਹੀਂ ਹੈ ਤਾਂ ਸੇਵ ਐਂਡ ਪ੍ਰੋਸੀਡ 'ਤੇ ਆਪਾਂ ਕਲਿੱਕ ਕਰਕੇ ਨੈਕਸਟ ਪੇਜ 'ਤੇ ਚਲੇ ਜਾਵਾਂਗੇ। ਉਸ ਤੋਂ ਬਾਅਦ ਆਪਾਂ ਜਦੋਂ ਟਿੱਕ ਮਾਰ ਕਰਕੇ ਜਦੋਂ ਨੈਕਸਟ ਟੂ ਪ੍ਰੋਸੀਡ ਕਰਾਂਗੇ ਇਸ ਤੋਂ ਇਹ ਬੁੱਕ ਅਪੋਇੰਟਮੈਂਟ ਦਾ ਆਪਸ਼ਨ ਆਪਣੇ ਕੋਲ ਆ ਜਾਵੇਗਾ। ਇਹ ਆਪਣੀ ਜਿਹੜੀ ਅਪੋਇੰਟਮੈਂਟ ਦੀ ਆਈਡੀ ਹੁੰਦੀ ਹੈ ਅਤੇ ਇਸ ਤੋਂ ਬਾਅਦ ਆਪਾਂ ਜਸਟ ਬੁੱਕ ਅਪੋਇੰਟਮੈਂਟ 'ਤੇ ਆਪਾਂ ਕਲਿੱਕ ਕਰ ਲਾਂਗੇ। ਜੇ ਦੋਸਤੋ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ ਅਤੇ ਇੱਥੇ ਆਪਾਂ ਆਪਣੇ ਏਰੀਏ ਦਾ ਨਾਮ ਲਿਖਾਂਗੇ। ਐਗਜ਼ਾਮਪਲ ਦੇ ਤੌਰ 'ਤੇ ਮੈਂ ਮੋੜ ਮੰਡੀ ਤੋਂ ਹਾਂ ਤਾਂ ਮੈਂ ਇੱਥੇ ਮੋੜ ਮੰਡੀ ਟਾਈਪ ਕਰਾਂਗਾ ਅਤੇ ਇੱਧਰ ਸਾਰੀ ਲਿਸਟ ਜਿੱਥੇ ਵੀ CSE ਸੈਂਟਰ ਜਾਂ ਸੁਵਿਧਾ ਕੇਂਦਰ ਹੈ ਉਹਨਾਂ ਦੀ ਐਡਰੈਸ ਆਪਣੇ ਕੋਲ ਸਾਹਮਣੇ ਆ ਜਾਵੇਗਾ। ਜੇ ਤੁਸੀਂ ਆਪਣੇ ਸ਼ਹਿਰ ਦੇ ਨਾਮ 'ਤੇ ਨਹੀਂ ਤੁਹਾਡਾ ਨਿਕਲ ਰਿਹਾ ਇਹ ਪੂਰੀ ਲਿਸਟ ਜਿਹੜੀ CSE ਸੈਂਟਰ ਜਾਂ ਸੁਵਿਧਾ ਕੇਂਦਰ ਦੀ ਤਾਂ ਇੱਥੇ ਆਪਾਂ ਪਿੰਨ ਕੋਡ ਭਰ ਕੇ ਵੀ ਫਾਇੰਡ ਕਰ ਸਕਦੇ ਹਾਂ। ਐਂਡ ਦੋਸਤੋ ਜਿਵੇਂ ਹੀ ਇੱਥੇ ਪੂਰੀ ਲਿਸਟ ਆਪਣੇ ਸਾਹਮਣੇ ਓਪਨ ਹੋ ਜਾਵੇਗੀ ਆਪਣੇ ਸੁਵਿਧਾ ਕੇਂਦਰ ਦੀ ਵੀ ਕਿੱਥੇ ਕਿੱਥੇ ਸੁਵਿਧਾ ਕੇਂਦਰ ਤੁਹਾਡੇ ਨੇੜੇ ਹੈ ਤਾਂ ਨਾਲ ਹੀ ਇੱਕ ਬੁੱਕ ਅਪੋਇੰਟਮੈਂਟ ਦਾ ਆਪਸ਼ਨ ਲਿਖਿਆ ਹੋਵੇਗਾ ਉੱਥੇ ਆਪਾਂ ਬੁੱਕ ਅਪੋਇੰਟਮੈਂਟ 'ਤੇ ਕਲਿੱਕ ਕਰ ਦਾਂਗੇ। ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਮੈਸੇਜ ਆਵੇਗਾ ਜਿਸ ਵਿੱਚ ਤੁਹਾਨੂੰ ਡੇਟ ਦਿੱਤੀ ਹੋਵੇਗੀ ਉਸ ਡੇਟ 'ਤੇ ਤੁਸੀਂ ਸੁਵਿਧਾ ਕੇਂਦਰ ਵੀ ਜਾਣਾ ਹੈ ਅਤੇ ਆਪਣਾ ਜਿਹੜਾ ਬੁਕਿੰਗ ਅਪੋਇੰਟਮੈਂਟ ਨੰਬਰ ਹੈ ਉੱਥੇ ਦਿਖਾਉਣਾ ਹੈ ਅਤੇ ਜਸਟ ਆਪਣੇ ਹੱਥ ਅਤੇ ਜਿਹੜੀ ਅੱਖਾਂ ਦਾ ਸਕੈਨ ਕਰਕੇ ਆਉਣਾ ਤਾਂ 5 ਮਿੰਟ ਵਿੱਚ ਤੁਹਾਡਾ ਆਧਾਰ ਕਾਰਡ ਤੁਹਾਨੂੰ ਸੁਵਿਧਾ ਸੈਂਟਰ ਵਾਲੇ ਦੇ ਦੇਣਗੇ। ਕਿਉਂਕਿ ਦੋਸਤੋ ਜੇ ਕੋਈ ਦਿੱਕਤ ਹੈ ਜਾਂ ਕੋਈ ਪ੍ਰੋਬਲਮ ਹੈ ਆਧਾਰ ਕਾਰਡ ਰਿਲੇਟਡ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਜਿਹੜਾ ਨੈਕਸਟ ਪਾਰਟ ਆ ਉਸ ਪ੍ਰੋਬਲਮ ਨੂੰ ਸੋਲਵ ਕਰਦੇ ਹੋਏ ਬਣਾ ਦੇਵਾਂਗਾ। ਅਤੇ ਵੀਡੀਓ ਜੇ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਰਿਕੁਐਸਟ ਹੈ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ।